वेलकम टू माई नदर व्लॉग। की हाल चाल सारे का, होप करता सारे वधिया होणगे। तो अज चलते हैं मर्जी गेड़ी गुड़ी मारन, मौसम वधिया हो गया दोबारा तो अज। तो कुछ प्लैन भी है अपने, वो तुहानू प्लैन दसांगे नाल नाल चलते चलते। तो एवें तुहानू दस दूंगा, जे कई बार पूरे नहीं हो तो फिर माड़ी गल हुंदी है। तो तुहानू नाल नाल चलते चलते अपने जो भी प्लैन होंगे सारे दिखावांगे। तो अपना मोलदीप सिंह आ चुके, तो आप चल रहे हैं घूमन माड़ा मोटा, तो की करांगे तुहानू नाल नाल सारा कुछ दिखावांगे। अज इत्थे दाणा जिहा हो गया एक फीसी जी, ये भी गर्मियां हो जाती, गर्मी बड़ी है, ह्यूमिडिटी बहुत है, तो ये हो जाती है। तो हुण आपां चलते हैं, मोलदीप सिंह पहुँच चुके हैं, तो पैंदे हैं गड्डी दे विच। गड्डी आ गई मित्रा, खोलदे आ भरावा, हले खुलदी भी नहीं गड्डी कदी। ਵਲੌਗ ਰੈਡੀ ਹੋ ਰਹੇ ਆ ਬਈ, ਗੱਡੀ ਚ ਬੈਠੇ ਬੈਠੇ ਦੇਖ ਲਓ। ਮੈਂ ਤੁਹਾਨੂੰ ਪਿਛਲੇ ਵਲੌਗ ਚ ਵੀ ਇਹੀ ਗੱਲ ਕਹੀ ਸੀ, ਜਨਾਬ ਹਰ ਜਗ੍ਹਾ ਲੇਟ ਕਰਾਉਂਦੇ ਆ, ਐਨਕ ਖਾਦੀ ਵੀ ਲੇਟ ਕਰਾਣੀ ਕਰਾਣਾ, ਐਨਕ ਲਾ ਕੇ ਬੈਠੇ ਆ ਦੇਖ ਲਓ, ਐਨਕ ਉਹਨਾਂ ਕਾ ਲਾ ਕੇ ਬੈਠੇ ਆ। ਅੱਜ ਦੇਖ ਲਓ ਪੱਗ ਉਹਨੇ ਔਰੇਂਜ ਬੰਨੀ ਹੈ, ਮੈਂ ਟੀ-ਸ਼ਰਟ ਔਰੇਂਜ ਪਾ ਲਈ ਹੈ, ਕੁਛ ਨਾ ਕੁਛ ਮੇਲ ਮਿਲਾਪ ਹੋ ਹੀ ਜਾਂਦਾ। ਗੱਡੀ ਵੀ ਅੱਜ ਲਾਲ ਹੈ, ਰੰਗ ਰੁੰਗ ਵੀ ਲਾਲ ਨੂੰ ਲੱਗ ਰਿਹਾ, ਔਰੇਂਜ ਔਰੇਂਜ ਮਿਲਦਾ ਜੁਲਦਾ ਰੰਗ ਆ। ਚਲੋ ਬੰਦੇ ਆ ਫਿਰ, ਹਨਾ ਬਣਾਉਣਾ ਵਲੌਗ ਬਣਾਉਂਦੇ ਨਾਲ, ਤੁਹਾਨੂੰ ਦਿਖਾਉਂਦੇ ਆ ਕਿੱਥੇ ਕਿੱਥੇ ਚੱਲੀ ਆ ਜੀ ਮਿੱਤਰੋ। ਕਹਿੰਦੇ ਮੁੰਡੇ ਆ ਗਏ, ਦੋ ਫੇਸ, ਥੋੜ੍ਹਾ ਜਿਹਾ ਕੰਮ ਸੀਗਾ ਇੱਥੇ, ਦੋ ਫੇਸ। ਤੁਹਾਨੂੰ ਅਜੇ ਇੱਕ ਸਰਪ੍ਰਾਈਜ਼ ਦੇਣਾ ਜੀ, ਅਗਲੀ ਵੀਡੀਓ 'ਚ ਇੱਦਾਂ ਨਹੀਂ ਹੈਗਾ ਕਿ ਐਂ ਘੁੰਮਦੇ ਘੁੰਮਦੇ ਟਾਈਮ ਪਾਸ ਕਰ ਲਾਂਗੇ, ਅਜੇ ਮਾੜੇ ਮੋਟੇ ਕੰਮ ਨਿਬੇੜ ਲਈਏ। ਕੰਮ ਸਾਡੇ ਚੱਲ ਰਹੇ ਨੇ, ਸੰਡੇ ਹੈਗਾ, ਤੁਹਾਨੂੰ ਪਤਾ ਸੰਡੇ ਨੂੰ ਕੰਮ ਕੁੰਮ ਹੁੰਦੇ ਆ, ਉਹ ਨਿਬੇੜ ਲੈਣੇ ਚਾਹੀਦੇ ਪਹਿਲਾਂ। ਅਤੇ ਹੁਣ ਪਹਿਲਾਂ ਆਪਾਂ ਇੱਥੇ ਜਾ ਕੇ ਦੋ ਫੇਸ ਥੋੜ੍ਹਾ ਜਿਹਾ ਕੰਮ ਨਿਬੇੜ ਲਈਏ, ਅਤੇ ਕੰਮ ਨਿਬੇੜ ਕੇ ਤੁਹਾਨੂੰ ਮਿਲਦੇ ਹਾਂ। ਫਿਰ ਆਪਾਂ ਜੋ ਸਰਪ੍ਰਾਈਜ਼ ਹੈ ਨਾ ਤੁਹਾਨੂੰ ਦਿਖਾ ਕੇ ਦੇਵਾਂਗੇ। ਸਰਪ੍ਰਾਈਜ਼ ਐਂ ਨਹੀਂ ਕਿ ਦੱਸਤਾ ਮੂੰਹ ਉੱਤੇ ਗੱਲ ਹੋ ਗਈ, ਤੁਹਾਨੂੰ ਦਿਖਾਵਾਂਗੇ ਕੀ ਸਰਪ੍ਰਾਈਜ਼ ਹੈ। ਅਤੇ ਸਰਪ੍ਰਾਈਜ਼ ਵਾਸਤੇ ਤੁਸੀਂ ਜੁੜੇ ਰਹੋ, ਅਤੇ ਤਦ ਤੱਕ ਕਰ ਲਓ ਤੁਸੀਂ ਚੈਨਲ ਨੂੰ ਸਬਸਕ੍ਰਾਈਬ, ਕਿਉਂਕਿ ਸਬਸਕ੍ਰਾਈਬ ਕਰੋਗੇ ਤਾਂ ਤੁਹਾਨੂੰ ਨਵੇਂ ਨਵੇਂ ਸਰਪ੍ਰਾਈਜ਼ ਆਉਂਦੇ ਰਹਿਣੇ ਆ। ਵੀਡੀਓ ਨੂੰ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ, ਕਮੈਂਟ ਕਰਿਆ ਕਰੋ, ਅਤੇ ਤਾਂ ਹੀ ਤੁਹਾਡਾ ਫਿਰ ਅੱਗੇ ਹੋਰ ਵਧੀਆ ਵਧੀਆ ਵਲੌਗਸ ਲੈ ਕੇ ਆਊਗਾ ਤੁਹਾਡੇ ਵਾਸਤੇ। ਅਤੇ ਫਟਾਫਟ ਤੁਸੀਂ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ, ਤਦ ਨੂੰ ਮੈਂ ਆਪਣਾ ਕੰਮ ਨਿਬੇੜਾਵਾਂ ਜਾ ਕੇ। ਫਿਰ ਉਸ ਤੋਂ ਬਾਅਦ ਬਹੁਤ ਜਲਦੀ ਆਪਾਂ ਮਿਲਦੇ ਹਾਂ ਇੱਕ ਵਧੀਆ ਜਿਹੇ ਸਰਪ੍ਰਾਈਜ਼ ਦੇ ਨਾਲ, ਅਤੇ ਤੁਹਾਨੂੰ ਦਿਖਾਵਾਂਗੇ ਅਸੀਂ ਹੁਣ ਕੀ ਕਰਨ ਲੱਗੇ ਹਾਂ। ਨੋ ਵੀ ਮਿੱਤਰੋ, ਗੱਲਾਂ ਦੀ ਗੱਲਾਂ, ਚੱਕਰ ਇਹ ਆ ਕਿ ਇੱਕ ਤੁਹਾਡਾ ਮੈਂ ਗੱਲ ਸ਼ੇਅਰ ਕਰਨਾ ਚਾਹੁੰਦਾ। ਹਾਲੇ ਆਪਾਂ ਸਰਪ੍ਰਾਈਜ਼ ਵਾਲੀ ਜਗ੍ਹਾ 'ਤੇ ਜਾ ਰਹੇ ਹਾਂ, ਅਤੇ ਥੋੜ੍ਹੇ ਦਿਮਾਗ 'ਚ ਕੋਈ ਗੱਲ ਆ ਗਈ ਕਿ ਅੱਜ ਕੱਲ੍ਹ ਥੋੜ੍ਹੀ ਬਹੁਤ ਨਾ, ਮਤਲਬ ਥੋੜ੍ਹੀ ਬਹੁਤ ਕਿ ਧੋਖੇਬਾਜ਼ੀ ਬਹੁਤ ਚੱਲ ਰਹੀ ਹੈ। ਰੀਸੈਂਟਲੀ ਮੈਂ ਇੱਕ ਮੂਵੀ ਦੇਖੀ, ਮੈਡਲ, ਮੈਡਲ ਮੂਵੀ ਆਈ ਆਪਣੀ ਜੇ ਰੰਧਾਵਾ ਦੀ, ਅਤੇ ਭਰਾਵਾ ਤੁਸੀਂ ਮੰਨੋਗੇ ਨਹੀਂ, ਮਤਲਬ ਉਸ 'ਚ ਅਸਲੀਅਤ ਦਿਖਾਈ ਆ। ਤੁਸੀਂ ਮੂਵੀ ਦੇਖਿਓ ਕਿ ਬੰਦੇ ਕਹਿੰਦੇ ਗੈਂਗਸਟਰ ਬਣ ਗਏ, ਗੈਂਗਸਟਰ ਬਣ ਗਏ ਕਿਵੇਂ ਬਣਦੇ ਆ, ਹੈ ਨਾ, ਮਤਲਬ ਬਹੁਤ ਹੀ, ਮਤਲਬ ਬੰਦੇ ਨਾਲ ਮਾੜਾ ਹੋਇਆ ਸੀਗਾ, ਅਤੇ ਬੰਦਾ ਚਾਹੁੰਦਾ ਕਿਸੇ ਤਰਫ ਹੈ ਕਿ ਮੈਂ ਇਸ ਤਰਫ ਜਾਵਾਂ, ਬਟ ਹੋਰ ਕੁਛ ਹੋਰ ਜਾਂਦਾ ਕਿ ਹਾਂ ਕਿ ਇੱਦਾਂ ਨਹੀਂ, ਰੱਬ ਨੇ ਕੁਛ ਹੋਰ ਦੇਖਿਆ ਹੁੰਦਾ, ਇੱਦਾਂ ਨਹੀਂ, ਇੱਦਾਂ ਹੋ ਜਾਂਦਾ, ਹੈ ਨਾ। ਅਤੇ ਬਹੁਤ ਗੱਲਾਂ ਹੁੰਦੀਆਂ ਨੇ, ਧੋਖੇਬਾਜ਼ੀ ਬਹੁਤ ਹੈ ਅੱਜ ਕੱਲ੍ਹ, ਵਿਸ਼ਵਾਸ ਕਰਨਾ ਕਿਸੇ ਉੱਪਰ, ਮਤਲਬ ਇੱਦਾਂ ਕਿ ਤੁਸੀਂ ਆਪਣੇ ਪੈਰ 'ਤੇ ਖੁਦ ਕੁਲਾੜੀ ਮਾਰ ਰਹੇ ਹੋ। ਵਿਸ਼ਵਾਸ ਤੁਸੀਂ ਕਿਸੇ ਉੱਪਰ ਨਹੀਂ ਕਰ ਸਕਦੇ, ਸੌਖੇ, ਬਹੁਤ ਔਖਾ ਵਿਸ਼ਵਾਸ ਕਰਨਾ, ਹੈ ਨਾ। ਲੋਕ ਯਾਰੀ ਯਾਰੀ ਕਹਿ ਕੇ ਵੀ, ਲੋਕ ਪਿੱਠ ਪਿੱਛੇ ਛੁਰਾ ਮਾਰ ਦਿੰਦੇ, ਹੈ ਨਾ, ਚਾਹੇ ਸਾਹਮਣੇ ਵੀ ਮਾਰ ਦੇਣ, ਬਟ ਯਾਰੇ ਵੀ ਅੱਜ ਕੱਲ੍ਹ ਮਤਲਬ ਦੀ ਰਹਿ ਗਈ ਹੈ ਜਿਹੜੀ ਥੋੜ੍ਹੀ ਬਹੁਤ ਹੈਗੀ ਹੈ। ਪਹਿਲਾਂ ਹੁੰਦਾ ਸੀਗਾ ਕਿ ਹਾਂ ਯਾਰ ਵੇਲੀ ਹੁੰਦੇ ਸੀਗੇ, ਦੋਸਤ ਹੁੰਦੇ ਸੀਗੇ, ਅਤੇ ਚਲੋ ਠੀਕ ਹੈ। ਹੁਣ ਤਾਂ ਕੰਮ ਦੇ ਪਰਪਸ ਲਈ ਹੈ ਕਿ ਹਾਂ ਵੀ ਇਹ ਕੰਮ ਹੈ ਸਾਨੂੰ, ਅਤੇ ਉਹਦੇ ਕਰਕੇ ਯਾਰ ਹੈ ਸਾਡਾ, ਅਦਰਵਾਈਜ਼ 6-6 ਮਹੀਨੇ ਭਾਵੇਂ ਬੰਦਾ ਬੁਲਾਵੇ ਹੀ ਨਾ। ਅਤੇ ਅੱਜ ਕੱਲ੍ਹ ਇੱਦਾਂ ਚੀਜ਼ਾਂ ਹੋ ਗਈਆਂ ਨੇ ਜੋ ਬਹੁਤ ਹੀ ਜ਼ਿਆਦਾ, ਮਤਲਬ ਮਾੜੀ ਚੀਜ਼ ਹੈ, ਜੋ ਇੱਦਾਂ ਨਹੀਂ ਹੋਣਾ ਚਾਹੀਦਾ ਮੈਨੂੰ ਲੱਗਦਾ, ਕਿ ਲੋਕ ਬਹੁਤ ਹੀ ਮਤਲਬ ਕਰਕੇ ਇੱਕ ਦੂਜੇ ਨੂੰ ਯੂਜ਼ ਕਰਦੇ ਆ। ਅਤੇ ਇਹ ਚੀਜ਼ਾਂ ਥੋੜ੍ਹੀ ਬਹੁਤ ਲੋਕਾਂ ਨੂੰ ਸਮਝਣੀ ਚਾਹੀਦੀਆਂ ਅੱਜ ਕੱਲ੍ਹ ਦੇ ਟਾਈਮ 'ਚ, ਕਿ ਯਾਰ ਬੰਦੇ 'ਚ ਕੀ ਰੱਖਿਆ, ਹੈ ਨਾ। ਲੋਕਾਂ ਨੇ ਆਉਣਾ, ਚਲੇ ਜਾਣਾ, ਆਉਣਾ ਚਲੇ ਜਾਣਾ, ਹੈ ਨਾ। ਤੁਹਾਡੀ, ਤੁਹਾਡੇ ਜੋ ਕੰਮ ਹੈ, ਕਰਮ, ਉਹ ਇੱਥੇ ਰਹਿ ਜਾਣੇ ਆ, ਹੈ ਨਾ। ਜੋ ਤੁਸੀਂ ਕੰਮ ਕੀਤਾ, ਲੋਕ ਤੁਹਾਨੂੰ ਚੰਗੇ ਮਾੜੇ ਬੰਦੇ ਸਮਝ ਕੇ ਤੁਹਾਨੂੰ ਯਾਦ ਕਰਨਗੇ, ਹਾਂ ਇਹ ਚੰਗਾ ਬੰਦਾ ਸੀ, ਇਹ ਮਾੜਾ ਬੰਦਾ ਸੀਗਾ। ਤੁਸੀਂ ਚੰਗੇ ਕੰਮ ਕਰੋ, ਹੈ ਨਾ, ਸਭ ਨਾਲ ਮਿਲ ਕੇ ਰਹੋ, ਪਿਆਰ ਵੰਡੋ ਆਪਸ 'ਚ, ਉਹੀ ਬਹੁਤ ਇੰਪੋਰਟੈਂਟ, ਹੈ ਨਾ। ਅਤੇ ਧਿਆਨ ਰੱਖੋ ਸਾਰੇ। ਕਹਿੰਦੇ ਮੁੰਡੇ ਕਿੱਥੇ ਆ ਗਏ, ਲਾਂਟੇ ਆ ਗਏ, ਲਾਂਟੇ ਲਾਂਟੇ ਪਹੁੰਚ ਚੁੱਕੇ ਆ। ਅਜੇ ਵੀ ਤੁਸੀਂ ਕਹਿੰਦੇ ਹੁਣੇ ਸਬਸਕ੍ਰਾਈਬ, ਉਹ ਸਬਸਕ੍ਰਾਈਬ ਕਰ ਰਿਹਾ, ਆਪਣੇ ਮੂੰਹ 'ਚੋਂ ਨਿਕਲਿਆ ਗਲਤੀ ਕਰਕੇ। ਸਰਪ੍ਰਾਈਜ਼, ਸਰਪ੍ਰਾਈਜ਼ ਨਹੀਂ ਦਿੱਤਾ ਮਿੱਤਰੋ, ਸਰਪ੍ਰਾਈਜ਼ ਵੀ ਦੇਵਾਂਗੇ ਤੁਹਾਨੂੰ, ਅਜੇ ਦਿਖਾਵਾਂਗੇ। ਅਜੇ ਤਾਂ ਲਾਂਟੇ ਆਏ ਹਾਂ, ਕੰਮ ਕੁੰਮ ਤਾਂ ਨਿਬੇੜ ਲਈਏ, ਅਤੇ ਹਾਲੇ ਘੁੰਮਣ ਫਿਰਨ ਆਇਆ, ਅਤੇ ਘੁੰਮ ਲਈਏ ਥੋੜ੍ਹਾ ਜਿਹਾ, ਸਰਪ੍ਰਾਈਜ਼ ਵੀ ਤੁਹਾਨੂੰ ਦੱਸਾਂਗੇ ਨਾਲ ਨਾਲ। ਅਤੇ ਤੁਹਾਨੂੰ ਤਦ ਤਾਂ ਦਿਖਾਉਂਦਾ ਉਰੇ ਲਾਂਟੇ ਦਾ ਸਵਾਦ ਅੱਜ ਸੰਡੇ ਦਾ। ਹਾਂ ਚੈੱਕ ਕਰੋ ਭਰਾਵੋ, ਲਾਈਨ 'ਤੇ ਲਾਈਨ ਲੱਗੀ ਹੋਈ ਹੈ, ਰਸ਼ ਹੀ ਬਹੁਤ ਹੈ, ਅੱਜ ਬਹੁਤ ਰਸ਼ ਹੈ।
ਤੇ ਸਭ ਤੋਂ ਵੱਡੀ ਗੱਲ ਅੱਜ ਪਾਰਕਿੰਗ ਦੀ ਜਗ੍ਹਾ ਵੀ ਨਹੀਂ ਮਿਲੀ ਸਾਨੂੰ, ਬਹੁਤ ਔਖੀ ਪਾਰਕਿੰਗ ਲੱਗੀ ਹੈ। ਦੂਜੀ ਤੀਜੀ ਬੇਸਮੈਂਟ 'ਚ ਜਾ ਕੇ ਸਾਡੀ ਪਾਰਕਿੰਗ ਲੱਗੀ ਹੈ, ਪਾਰਕਿੰਗ ਦੀ ਜਗ੍ਹਾ ਨਹੀਂ ਸੀ, ਗੱਡੀਆਂ ਪੂਰੀ ਪਾਰਕਿੰਗ ਪੂਰੀ ਫੁੱਲ ਪਈ ਸੀਗੀ। ਤੁਸੀਂ ਆਹ ਚੈੱਕ ਕਰ ਲਓ, ਰਸ਼ ਹੀ ਬਹੁਤ ਹੈ ਇੱਥੇ ਵੀ। ਚਲੋ ਮਾੜਾ ਮੋਟਾ ਘੁੰਮ ਫਿਰ ਲਈਏ, ਫਿਰ ਤੁਹਾਨੂੰ ਦਿੰਦੇ ਹਾਂ ਸਰਪ੍ਰਾਈਜ਼ ਜਲਦੀ ਅੱਜ। ਲਓ ਵੀ ਮਿੱਤਰੋ, ਜਿਹੜੀ ਚੀਜ਼ ਦਾ ਇੰਤਜ਼ਾਰ ਕਰ ਰਹੇ ਸੀਗੇ ਉਹ ਆਪਾਂ ਅੱਜ ਆ ਚੁੱਕੇ ਹਾਂ। ਫਾਈਨਲੀ ਆਪਣਾ ਹਾਰਲੇ ਡੇਵਿਡਸਨ ਐਕਸ 440 ਬੁੱਕ ਕਰਾਉਣਾ ਸੀਗਾ, ਉਹ ਆਪਾਂ ਆ ਚੁੱਕੇ ਹਾਂ। ਅਤੇ ਇਹ ਮੈਂ ਨਹੀਂ ਕਰਾਉਣਾ ਐਕਚੁਲੀ, ਤੁਸੀਂ ਬਾਅਦ 'ਚੋਂ ਕਿਤੇ ਭੁਲੇਖਾ ਨਾ ਖਾਇਓ, ਐਕਚੁਲੀ ਮੇਰਾ ਫਰੈਂਡ ਹੈ ਉਹਨੇ ਬੁੱਕ ਕਰਾਉਣਾ, ਅਤੇ ਉਹ ਅੱਜ ਅਸੀਂ ਆਪਾਂ ਦੇਖਣ ਆਏ ਹਾਂ ਐਕਸ 440, ਅਤੇ ਆਪਾਂ ਉਹਦੀ ਅੱਜ ਟੈਸਟ ਡਰਾਈਵ ਲਵਾਂਗੇ ਪਹਿਲਾਂ। ਅਗਰ ਟੈਸਟ ਡਰਾਈਵ ਦਿੱਤੀ ਤਾਂ ਅੱਜ ਉਹਦੀ ਸਾਰੀ ਆਪਾਂ ਇਨਫੋਰਮੇਸ਼ਨ ਦੇਵਾਂਗੇ, ਅਤੇ ਅਗਰ ਪੂਰੀ ਗੱਲਬਾਤ ਠੀਕ ਰਹੀ ਤਾਂ ਆਪਾਂ ਫਿਰ ਅੱਜ ਬੁੱਕ ਕਰਾ ਕੇ ਜਾਵਾਂਗੇ ਹਾਰਲੇ ਡੇਵਿਡਸਨ ਦਾ ਐਕਸ 440। ਚਲੋ ਗੱਲ ਕਰਦੇ ਹਾਂ। ਲੋ ਵੀ ਚੈੱਕ ਹੋ ਰਿਹਾ ਪੂਰਾ ਮਾਡਲ ਆਵਲਾ ਐਕਸ 440, ਅਤੇ ਚੈੱਕ ਕਰਕੇ ਤੁਹਾਨੂੰ ਦੱਸਦੇ ਹਾਂ ਕਿਵੇਂ ਲੱਗ ਰਿਹਾ। ਹਾਂ ਵੀ ਕਿਵੇਂ ਲੱਗ ਰਿਹਾ ਤੁਹਾਨੂੰ? ਜ਼ਿਆਦਾ ਮੈਨੂੰ ਭਾਰੀ ਤਾਂ ਨਹੀਂ ਲੱਗ ਰਿਹਾ। ਅੱਛਾ, ਠੀਕ ਠਾਕ ਲੱਗ ਰਿਹਾ। ਅਤੇ ਆਹ ਮਾਡਲ ਹੈਗਾ ਮਿੱਤਰੋ ਜਿਹੜਾ 440 ਆਇਆ ਨਵਾਂ, ਇਹ ਨਵਾਂ ਹੀ ਲਾਂਚ ਹੋਇਆ ਜੇ, ਅਤੇ ਹਾਲੇ ਡਿਸਪਲੇ 'ਤੇ ਲੱਗਿਆ, ਅਤੇ ਆਪਾਂ ਇਹਦੀ ਚੈੱਕ ਕਰ ਰਹੇ ਹਾਂ ਪੂਰਾ, ਇਹ ਲੱਗਦਾ ਵਧੀਆ ਅਤੇ ਫਿਰ ਅੱਜ ਉਹਨੂੰ ਬੁੱਕ ਕਰਾ ਕੇ ਜਾਵਾਂਗੇ, ਅਤੇ ਹੋਰ ਇਹਦੀ ਸਪੈਸੀਫਿਕੇਸ਼ਨ ਵਗੈਰਾ ਪੁੱਛਦੇ ਹਾਂ ਜੀ ਆਪਾਂ। ਗਾਇਸ ਇਹ ਚੈੱਕ ਕਰੋ, ਇੱਕ ਆਹ ਮਾਡਲ ਵੀ ਹੈਗਾ, ਇਹ ਮਾਡਲ ਕਹਿੰਦੇ 19 ਲੱਖ ਰੁਪਏ ਦਾ ਹੈਗਾ, ਪਰ ਮਾਡਲ ਗੱਲਬਾਤ ਪੂਰੀ ਹੈ ਮਾਡਲ ਦੇ ਵਿੱਚ। ਤੁਹਾਨੂੰ ਮੈਂ ਸਾਈਡ ਤੋਂ ਚੈੱਕ ਕਰਾਉਂਦਾ, ਆਹ ਚੈੱਕ ਕਰੋ, ਆਹ ਹੈ ਹਾਰਲੇ ਦੀ ਗੱਲਬਾਤ। ਸਲੈਂਸਰ ਚੈੱਕ ਕਰੋ, ਸਲੈਂਸਰ ਇਹ 19 ਲੱਖ ਦਾ ਮਾਡਲ ਹੈ, 19 ਲੱਖ ਦਾ, ਬਟ ਇਹ ਤਾਂ ਬਹੁਤ ਹੀ ਮਹਿੰਗਾ। ਆਪਾਂ ਚੈੱਕ ਕਰ ਰਹੇ ਹਾਂ ਦੂਜਿਆਂ ਦਾ, ਉਹ ਹੈਗਾ ਕੁਛ 2.5-3 ਲੱਖ ਰੁਪਏ ਦਾ, ਜਿਹੜਾ ਦੂਜਾ ਮਾਡਲ ਹੈ ਐਕਸ 440, ਅਤੇ ਉਹਦੀ ਆਪਾਂ ਬੁਕਿੰਗ ਦੀ ਗੱਲ ਕਰ ਰਹੇ ਹਾਂ, ਅਤੇ ਦੇਖਦੇ ਕੀ ਕਹਿੰਦੇ ਆ, ਬੁਕਿੰਗ ਦੀ ਗੱਲ ਕਰਕੇ ਫਾਈਨਲ ਕਰਦੇ ਹਾਂ। ਲੋ ਵੀ ਮਿੱਤਰੋ ਸਟਾਰਟ ਕਰਕੇ ਦੇਖ ਰਹੇ ਹਾਂ, ਆਵਾਜ਼ ਵੂਜ਼ ਚੈੱਕ ਕਰ ਲਈ ਇਹਦੀ ਇੱਕ ਵਾਰ, ਅਤੇ ਤੁਹਾਨੂੰ ਹੋਰ ਵੀ ਚੀਜ਼ ਦਿਖਾਉਂਦੇ ਫੀਚਰ। ਇਹਦੇ ਵਿੱਚ ਖਾਸੀਅਤ ਇਹ ਹੈ ਕਿ ਇਸ 'ਚ ਈ ਸਿਮ ਵੀ ਪੈਂਦਾ, ਅਤੇ ਬਲੂਟੁੱਥ ਵੀ ਹੈਗਾ। ਇਸ ਫੀਚਰ 'ਚ ਖਾਸੀਅਤ ਹੈ ਟੋਪ ਵੇਰੀਐਂਟ ਦੇ ਵਿੱਚ, ਤੁਸੀਂ ਇਹ ਚੈੱਕ ਕਰ ਸਕਦੇ ਹੋ, ਅਤੇ ਮੀਟਰ ਬਹੁਤ ਹੀ ਸੋਹਣਾ ਇਹਦਾ, ਅਤੇ ਕਾਫੀ ਵਧੀਆ ਚੀਜ਼ ਹੈ। ਚਲੋ ਹੋਰ ਚੀਜ਼ਾਂ ਪੁੱਛਦੇ ਹਾਂ ਆਪਾਂ, ਜਿਵੇਂ ਸਾਨੂੰ ਲੱਗਦਾ ਫਿਰ ਆਪਾਂ ਦੇਖਦੇ ਹਾਂ। 5000 ਕਹਿ ਰਹੇ ਬੁਕਿੰਗ ਅਮਾਊਂਟ ਹੈਗੀ ਆ, ਅਤੇ ਫਿਰ ਆਪਾਂ ਬੁੱਕ ਕਰਾ ਕੇ ਚੱਲਦੇ ਹਾਂ। ਕਹਿੰਦੇ ਕੀ ਕਰਦੇ ਮੁੰਡੇ, ਸ਼ੋਪਿੰਗ ਹੋ ਰਹੀਆਂ ਨੇ ਆਪਣੀਆਂ, ਲਾਈਫ ਸਟਾਈਲ ਚੱਲ ਰੱਖਿਆ ਆਪਾਂ ਉੱਥੇ, ਅਤੇ ਬਾਈਕ ਜਿਹੜਾ ਸੀਗਾ ਉਹ ਬੁੱਕ ਕਰਾ ਦਿੱਤਾ ਗਿਆ 5000 ਅਮਾਊਂਟ ਦੇ ਕੇ, ਅਤੇ ਅਸੀਂ ਸੋਚਿਆ ਕਿ ਚਲੋ ਠੀਕ ਹੈ, ਹੁਣ ਉਹ ਤਾਂ ਹੋ ਗਿਆ ਕੰਮ, ਅਤੇ ਆਪਾਂ ਸ਼ੋਪਿੰਗ ਵਗੈਰਾ ਕਰ ਲਈਏ ਜੇ ਕੁਛ ਸਾਨੂੰ ਵਧੀਆ ਦਿਖਦੇ। ਸੇਲ ਚੱਲ ਰਹੀ ਉਰੇ 50% ਔਫ, 30% ਔਫ, ਅਤੇ ਸੋਚਿਆ ਕਿ ਚਲੋ ਸ਼ੋਪਿੰਗ ਕਰ ਲਈਏ, ਉਸ ਤੋਂ ਬਾਅਦ ਫਿਰ ਅੱਗੇ ਦੇਖਦੇ ਹਾਂ ਪਲੈਨ ਜੋ ਵੀ ਹੈਗਾ। ਸਰਪ੍ਰਾਈਜ਼ ਤੁਹਾਨੂੰ ਦੇ ਦਿੱਤਾ ਕਿ ਆਪਾਂ ਆਏ ਸੀਗੇ ਹਾਰਲੇ ਡੇਵਿਡਸਨ ਬੁੱਕ ਕਰਾਉਣ, ਅਤੇ ਆਪਾਂ ਫਾਈਨਲੀ ਬੁੱਕ ਕਰਾਤਾ, ਅਤੇ ਮਤਲਬ ਮੈਂ ਤਾਂ ਨਹੀਂ ਕਰਾਇਆ, ਤੁਹਾਨੂੰ ਪਹਿਲੇ ਦੱਸਿਆ ਮੇਰੇ ਫਰੈਂਡ ਨੇ ਕਰਾਇਆ, ਅਤੇ ਜਦੋਂ ਆਏਗਾ ਤਾਂ ਤੁਹਾਨੂੰ ਦਿਖਾ ਦਾਂਗੇ। ਫਿਲਹਾਲ ਸ਼ੋਪਿੰਗ ਕਰੀਏ, ਉਸ ਤੋਂ ਬਾਅਦ ਫਿਰ ਪਲੈਨ ਕੁਛ ਹੋਰ ਵੀ ਹੈਗਾ ਆਪਣਾ, ਅਤੇ ਉਹ ਵੀ ਤੁਹਾਨੂੰ ਨਾਲ ਦੱਸਾਂਗੇ ਆਪਾਂ। ਕਹਿੰਦੇ ਕੀ ਕਰਕੇ ਆਇਆ ਮੁੰਡੇ, ਸ਼ੋਪਿੰਗਾਂ ਕਰਕੇ ਆਇਆ, ਸ਼ੋਪਿੰਗਾਂ, ਅਤੇ ਫਾਈਨਲੀ ਸ਼ੋਪਿੰਗ ਵਗੈਰਾ ਹੋ ਚੁੱਕੀ ਆਪਣੀ। ਸਰਪ੍ਰਾਈਜ਼ ਦੱਸਦਾ ਨਾ ਆਲਰੇਡੀ, ਤੁਹਾਨੂੰ ਪਹਿਲੀ ਗੱਲ ਕਰਦਾ ਰਿਵੀਲ ਕਰ ਚੁੱਕੇ, ਰਿਵੀਲ ਕਰਤਾ ਕਿ ਆਪਾਂ ਬੁੱਕ ਕਰਾ ਲਿਆ, ਅਤੇ ਹੁਣ ਜਲਦੀ ਜਿਸ ਦਿਨ ਆਇਆ, ਹਾਲੇ ਟਾਈਮ ਲੱਗੇਗਾ ਆਉਣ ਨੂੰ, ਜਿਸ ਦਿਨ ਆਇਆ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਬਾਈਕ ਵੀ, ਉਹ ਵੀ ਕਿਵੇਂ ਦੀ ਹੈਗੀ ਆ। ਫਿਲਹਾਲ ਆਪਾਂ ਬੁੱਕ ਕਰਾਤਾ 5000 ਰੁਪਏ ਡਾਊਨ ਪੇਮੈਂਟ ਕਰਕੇ, ਅਤੇ ਹੁਣ ਆਪਾਂ ਚੱਲਦੇ ਹਾਂ ਘਰ ਵੱਲ ਨੂੰ, ਅਤੇ ਆਪਾਂ ਨੂੰ ਹੋਰ ਕੰਮ ਵੀ ਹੈਗੇ ਆ। ਸ਼ਾਮ ਦਾ ਫਿਰ ਆਪਣਾ ਪਲੈਨ ਹੈਗਾ, ਬਟ ਆਪਾਂ ਨੂੰ ਇੱਕ ਮੈਨੂੰ ਅਲੱਗ ਪਲੈਨ ਹੈਗਾ ਮੇਰਾ, ਜੇ ਇਹਦਾ ਅਜੇ ਅਲੱਗ ਪਲੈਨ ਹੈਗਾ, ਆਪਾਂ ਉਹ ਕੰਪਲੀਟ ਕਰਕੇ ਕੰਮ ਫਿਰ ਆਪਾਂ ਸ਼ਾਮੀ ਫਿਰ ਮਿਲਣਾ, ਅਤੇ ਆਪਾਂ ਚੱਲਦੇ ਹਾਂ ਹੁਣ ਹਾਲੇ ਘਰ ਵੱਲ। ਲੋ ਵੀ ਮਿੱਤਰੋ, ਚੱਲੇ ਹਾਂ ਘਰ ਨੂੰ, ਕੰਮ ਇੱਕ ਸੀਗਾ ਉਹ ਨਿਬੇੜਤਾ, ਅਨਮੋਲ ਗਿਆ ਥੋੜ੍ਹਾ ਆਪਣਾ ਉਹਨੂੰ ਕੰਮ ਸੀਗਾ ਉਹ ਆਪਣਾ ਨਿਬੇੜਨ ਗਿਆ, ਮੈਨੂੰ ਥੋੜ੍ਹਾ ਆਪਣਾ ਕੰਮ ਸੀਗਾ ਕਿਸੇ ਘਰ ਜਾਣਾ ਸੀਗਾ, ਮੈਂ ਆਪਣਾ ਨਿਬੇੜਾ ਆਇਆ ਕੰਮ, ਅਤੇ ਹੁਣ ਮੈਂ ਚੱਲਿਆ ਘਰ ਨੂੰ, ਥੋੜ੍ਹਾ ਹੋਵਾਂ ਫਰੈਸ਼ ਫਰੁਸ਼, ਆਪਾਂ ਫਿਰ ਮਿਲਣਾ ਕੁਛ, ਹਾਲੇ ਟਾਈਮ ਹੋਇਆ 7:15 ਹੋ ਚੁੱਕੇ ਹਾਂ, ਅਤੇ 8 ਵਜੇ ਫਿਰ ਆਪਾਂ ਮਿਲਣਾ, ਫਿਰ ਆਪਣਾ ਪਲੈਨ ਹੈਗਾ ਸ਼ਾਮੀ ਘੁੰਮਣ ਦਾ ਆ, ਮਾੜਾ ਮੋਟਾ ਇੱਧਰ ਉੱਧਰ ਜਾਣ ਦਾ, ਅਤੇ ਉਹ ਵੀ ਹੁਣ ਆਪਾਂ ਕਰਾਂਗੇ ਅਜੇ। ਪਰ ਹੁਣ ਮੈਂ ਚੱਲਿਆ ਘਰੇ, ਗੁਰਦੁਆਰਾ ਸਾਹਿਬ ਮੱਥਾ ਵੀ ਟੇਕ ਲਿਆ, ਪਹਿਲੇ ਜਿਹੜਾ ਕੰਮ ਸੀਗਾ ਉਹ ਕੰਮ ਕਰਕੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਹੁਣ ਘਰ ਵੱਲ ਚੱਲਿਆ ਮੈਂ ਆਪਣਾ, ਅਤੇ ਘਰ ਵੱਲ ਜਾ ਕੇ ਫਰੈਸ਼ ਫਰੁਸ਼ ਹੋ ਕੇ ਫਿਰ ਆਪਾਂ
ਦੇਖਦੇ ਹਾਂ ਕੀ ਕਰਨਾ ਅਤੇ ਉਹ 8 ਵਜੇ ਆਊਗਾ ਹੁਣ ਇੱਕ ਮੁੰਡਾ ਹੋਰ ਹੈਗਾ ਉਹ ਵੀ ਆਊਗਾ 8 ਵਜੇ ਫਿਰ ਆਪਾਂ ਸਾਰੇ ਮਿਲਾਂਗੇ ਰਾਤੀ ਅਤੇ ਉਸ ਤੋਂ ਬਾਅਦ ਦੇਖਦੇ ਕੀ ਪਲੈਨ ਆਊਟ ਹੈ ਬਟ ਚਲੋ ਹੁਣ ਮੈਂ ਇੱਥੇ ਵਲੋਗ ਨੂੰ ਐਂਡ ਕਰਦਾ ਛੋਟਾ ਜਿਹਾ ਵਲੋਗ ਸੀ ਅੱਜ ਇਹ ਵਾਲਾ ਅਤੇ ਅੱਜ ਜ਼ਿਆਦਾ ਵੱਡਾ ਬਣਾਇਆ ਨਹੀਂ ਮੇਨ ਇਹੀ ਸੀ ਸਰਪ੍ਰਾਈਜ਼ ਸੀਗਾ ਅੱਜ ਕਿ ਆਪਾਂ ਮੇਰੇ ਨਾਲ ਦੇ ਨੇ ਜਿਹੜਾ ਅਨਮੋਲਦੀਪ ਸਿੰਘ ਉਹਨੇ ਬੁੱਕ ਕਰਾਉਣਾ ਸੀਗਾ ਹਾਰਲੇ ਡੇਵਿਡਸਨ ਜਿਹੜਾ ਨਵਾਂ ਮਾਡਲ ਆਇਆ 2.5 ਲੱਖ ਵਾਲਾ X440 ਉਹ ਬੁੱਕ ਕਰਾਤਾ ਠੀਕ ਹੈ ਅਤੇ ਹੁਣ ਦੇਖੋ 1-2 ਮਹੀਨੇ ਬਾਅਦ ਉਹਦੀ ਮਿਲਣਾ ਉਹਨੂੰ ਅਤੇ ਉਸ ਤੋਂ ਪਹਿਲਾਂ ਆਪਣਾ ਬਾਕੀ ਜੋ ਵੀ ਹੋਰ ਅਰੇਂਜਮੈਂਟ ਕਰ ਲਏਗਾ ਦੇਖੋ ਕੀ ਕਰਦਾ ਜਿਵੇਂ ਫਾਈਨੈਂਸ ਕਰਾਉਂਦਾ ਜਾਂ ਪੂਰਾ ਕੈਸ਼ ਲੈਂਦਾ ਉਹ ਹੁਣ ਦੇਖਦੇ ਹਾਂ ਬਾਅਦ ਦੀ ਗੱਲ ਬਟ ਚਲੋ ਇੱਕ ਵਾਰ ਬੁੱਕ ਕਰਾਉਣਾ ਸੀ ਉਹ ਮੇਨ ਸੀਗਾ ਕਿਉਂਕਿ ਕਹਿੰਦੇ ਸੀਗੇ ਕਿ ਜੇ 3 ਤਰੀਕ ਤੋਂ ਬਾਅਦ ਬੁੱਕ ਕਰਾਉਂਗੇ ਨਾ ਤੁਸੀਂ ਅਤੇ ਉਹਨੇ ਮਹਿੰਗਾ ਹੋ ਜਾਣਾ 70,000 ਰੁਪਏ ਰੇਟ ਵੱਧ ਰਿਹਾ 3 ਤਰੀਕ ਤੋਂ ਬਾਅਦ ਇਹ ਹੁਣ ਹੀ ਲਾਂਚ ਹੋਇਆ ਅਤੇ ਜਿਹੜੇ ਪਹਿਲੇ ਬੁੱਕ ਕਰਾ ਲਿਆ ਠੀਕ ਆ 3 ਤਰੀਕ ਤੋਂ ਬਾਅਦ ਜਿਹੜਾ ਬੁੱਕ ਕਰਾਊਗਾ ਉਹ ਤਾਂ 70,000 ਰੁਪਏ ਹੋਰ ਐਕਸਟਰਾ ਲੱਗੂਗਾ ਮਹਿੰਗਾ ਹੋ ਜਾਣਾ ਮੋਟਰਸਾਈਕਲ ਅਤੇ ਹੁਣ ਔਨ ਰੋਡ ਜਿਹੜੇ ਟੋਪ ਮਾਡਲ 325 ਦਾ ਪੈ ਰਿਹਾ ਫਿਰ ਉਹ 4 ਦਾ ਪੈ ਜਾਣਾ ਅਤੇ ਇਸ ਕਰਕੇ ਫਿਰ ਬੁੱਕ ਕਰਾਤਾ ਅਤੇ ਦੇਖੋ ਹੁਣ ਜਦੋਂ ਆਊਗਾ ਉਸ ਤੋਂ ਬਾਅਦ ਫਿਰ ਦੇਖਦੇ ਹਾਂ ਫਿਰ ਤੁਹਾਨੂੰ ਦਿਖਾਵਾਂਗੇ ਫਿਲਹਾਲ ਆਪਾਂ ਕਰਦੇ ਹਾਂ ਵਲੋਗ ਨੂੰ ਐਂਡ ਅਤੇ ਮਿਲਦੇ ਹਾਂ ਕੁਛ ਅੱਛੇ ਵਲੋਗ 'ਚ ਤਦ ਤੱਕ ਲਈ ਆਪਣਾ ਰੱਖੋ ਖਿਆਲ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਕਰੋ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਿਓ ਅਤੇ ਨਵੇਂ ਨਵੇਂ ਵਲੋਗਸ ਤੁਸੀਂ ਦੇਖਦੇ ਰਹੋ ਇੰਜੋਏ ਕਰਦੇ ਰਹੋ ਮਿਲਦੇ ਹਾਂ ਬਹੁਤ ਜਲਦੀ ਨੈਕਸਟ ਵਲੋਗ 'ਚ ਤਦ ਤੱਕ ਲਈ ਠੀਕ ਹੈ ਬਾਏ ਬਾਏ ਟੇਕ ਕੇਅਰ ਟਾਟਾ